ਸੱਚੇ ਕਾਲ ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ ਮੈਂ ਹਾਂ ਮਨਦੀਪ ਕੌਰ ਸੰਧੂ ਇਸ ਵੇਲੇ ਦੀ ਖਬਰ ਜੁੜੀ ਹੋਈ ਹੈ ਤੁਹਾਡੇ ਸਭ ਦੇ ਨਾਲ ਜੋ ਕੀ ਗੱਡੀ ਚਲਾਉਂਦੇ ਨੇ ਕੋਈ ਵੀ ਵਾਹਨ ਚਲਾਉਂਦੇ ਨੇ ਤਾਂ ਵਾਹਨ ਚਲਾਉਂਦੇ ਸਮੇਂ ਤੁਹਾਨੂੰ ਹੁਣ ਬਹੁਤ ਹੀ ਸਾਵਧਾਨੀ ਜੜੀ ਰੱਖਣੀ ਪੈਣੀ ਹੈ ਜੇਕਰ ਤੁਸੀਂ ਸਾਵਧਾਨੀ ਨਹੀਂ ਰੱਖੋਗੇ ਤਾਂ ਭਾਰੀ ਜੁਰਮਾਨਾ ਹੋਵੇਗਾ ਤੁਹਾਨੂੰ ਹਸਪਤਾਲਾਂ ਦੀ ਸੇਵਾ ਕਰਨੀ ਪੈ ਸਕਦੀ ਹੈ ਮਰੀਜ਼ਾਂ ਦੀ ਜਾ ਕੇ ਹਸਪਤਾਲ ਚ ਬੱਚਿਆਂ ਨੂੰ ਸਕੂਲਾਂ ਚ ਪੜਾਉਣਾ ਵੀ ਪੈ ਸਕਦਾ ਹੈ ਤੇ ਯੂਨਿਟ ਖੂਨ ਵੀਦਾਨ ਕਰਨਾ ਪੈ ਸਕਦਾ ਤਾਂ ਕਿਸ ਤਰੀਕੇ ਦੇ ਨਾਲ ਕਿਹੜੀ ਗੱਲ ਨੂੰ ਪੂਰੀ ਜੜੀ ਜਾਣਕਾਰੀ ਤੁਹਾਨੂੰ ਦਿੰਨੇ ਆ ਕਿ ਹੁਣ ਪੰਜਾਬ ਦੀਆਂ ਸੜਕਾਂ ਤੇ ਤੇਜ਼ ਰਫ਼ਤਾਰ ਗੱਡੀ ਚਲਾਉਣ ਵਾਲਿਆਂ ਦੀ ਖੈਰ ਨਹੀਂ ਹੈ ਤਾਂ ਪੰਜਾਬ ਵਿੱਚ ਜੋ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣਗੇ ਜਾਂ ਸ਼ਰਾਬ ਪੀ ਕੇ ਗੱਡੀ ਚਲਾਉਣਗੇ ਜਾਂ ਲਾਲ ਅਰ ਲਾਈਟ ਦੀ ਜਿਹੜੀ ਹੈ ਉਲੰਘਣਾ ਕਰਨਗੇ ਜੇ ਗੱਡੀ ਚਲਾਉਂਦੇ ਸਮੇ ਮੋਬਾਈਲ ਫੋਨ ਦੀ ਵਰਤੋਂ ਕਰਨਗੇ ਤਾਂ ਹੁਣ ਉਹਨਾਂ ਨੂੰ ਲੱਗੇਗਾ ਭਾਰੀ ਜੁਰਮਾਨਾ ਤਾਂ ਭਾਰੀ ਜੁਰਮਾਨਾ ਕੌਣ ਲਗਾਉਣ ਜਾ ਰਿਹਾ ਹੈ ਤੈਸਵੇਲੇ ਤਾਜ਼ਾ ਜਿਹੜੇ ਨੇ ਟਰਾਂਸਪੋਰਟ ਵਿਭਾਗ ਦੇ ਵੱਲੋਂ ਜਿਹੜੇ ਨੋਟੀਫਿਕੇਸ਼ਨ ਹੈ ਉਹ ਜਾਰੀ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਗੱਡੀ ਚਲਾਉਣ ਸਮੇ ਤੁਸੀਂ ਜੇਕਰ ਮੋਬਾਈਲ ਫੋਨ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਸਭ ਤੋਂ ਇਸ ਵੇਲੇ ਸੰਗੀਨ ਜੁਰਮ ਜਿਹੜਾ ਮੰਨਿਆ ਜਾਏਗਾ ਤੇ ਇਸ ਦੇ ਨਾਲ ਹੀ ਨੋਟੀਫਿਕੇਸ਼ਨ ਤਹਿਤ ਇਹ ਵੀ ਲਿਖਿਆ ਗਿਆ ਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਜਾਂ ਗੱਡੀ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਨ ਕਰਕੇ ਤੁਹਾਨੂੰ ਜਿਹੜਾ ਪਹਿਲੀ ਵਾਰ ਜਿਹੜਾ 5000 ਰੁਪਏ ਦਾ ਜੁਰਮਾਨਾ ਹੋਏਗਾ ਤੇ 3 ਮਹੀਨਿਆਂ ਦੀ ਜੜਿਆ ਤੁਹਾਡਾ ਲਾਇਸੈਂਸ ਜਿਹੜਾ ਮੁਤਲ ਵੀ ਹੋਏਗਾ ਤੇ ਇਸੇ ਤਰ੍ਹਾਂ ਜੇਕਰ ਤੁਸੀਂ ਦੂਜੀ ਵਾਰ ਫੜੇ ਜਾਂਦੇ ਹੋ ਤਾਂ ਤੁਹਾਨੂੰ 10000 ਰੁਪਏ ਜੁਰਮਾਨਾ ਹੋਏਗਾ ਤੇ 3 ਮਹੀਨਿਆਂ ਲਈ ਤੁਹਾਡਾ ਲਾਇਸੈਂਸ ਜਿਹੜਾ ਮੁਤਲ ਕੀਤਾ ਜਾਏਗਾ ਤੇ ਜੇਕਰ ਤੁਸੀਂ ਇਸ ਤੋਂ ਇਲਾਵਾ ਜੇਕਰ ਨਿਸ਼ਚਿਤ ਸਪੀਡ ਤੇ ਗੱਡੀ ਤੁਸੀਂ ਤੇਜ਼ ਚਲਾਉਂਦੇ ਹੋ ਤਾਂ ਚਲਾਨ ਹੋਣ ਦੇ ਨਾਲ ਨਾਲ ਤੁਹਾਨੂੰ 9ਵੀਂ 10ਵੀਂ ਤੇ 12ਵੀਂ ਜਮਾਤ ਦੇ 20 ਵਿਦਿਆਰਥੀਆਂ ਨੂੰ 2 ਘੰਟੇ ਤੱਕ ਟ੍ਰੈਫਿਕ ਨਿਯਮਾਂ ਦਾ ਪਾਠ ਪੜਾਉਣਾ ਪਵੇਗਾ ਤਾਂ ਤੁਹਾਨੂੰ ਜਿਹੜੀ ਹੈ ਸਕੂਲਾਂ ਦੇ ਵਿੱਚ ਜਾ ਕੇ ਇਸ ਵੇਲੇ ਬੜੀ ਐ ਵਧੀਆ ਗੱਲ ਕੀਤੀ ਐ ਇਸ ਵੇਲੇ ਟਰਾਂਸਪੋਰਟ ਵਿਭਾਗ ਦੇ ਵੱਲੋਂ ਕਿ ਲੋਕਾਂ ਨੂੰ ਜਿਹੜਾ ਸਬਕ ਸਿਖਾਇਆ ਜਾ ਕਿਉਂਕਿ ਹਮ ਤੌਰ ਤੇ ਅਸੀਂ ਦੇਖਦੇ ਆ ਕਿ ਬਹੁਤ ਸਾਰਾ ਹੁੰਦਾ ਕਿ ਰੈੱਡ ਲਾਈਟ ਜਿਹੜੀ ਹੈ ਰੈੱਡ ਲਾਈਟ ਜਿਹੜੀ ਹੈ ਜੰਪ ਕੀਤੀ ਜਾਂਦੀ ਹੈ ਤਾਂ ਫਿਲਹਾਲ ਹੁਣ ਇਸ ਵੇਲੇ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਜੇਕਰ ਤੁਸੀਂ ਨਿਸ਼ਚਿਤ ਸਪੀਡ ਤੇ ਗੱਡੀ ਤੇ ਚਲਾਉਂਦੇ ਹੋ ਤਾਂ ਚਲਾਨ ਹੋਣ ਤੇ 9ਵੀਂ 10ਵੀਂ 11ਵੀਂ 12ਵੀਂ ਦੇ ਵਿਦਿਆਰਥੀਆਂ ਨੂੰ 20 ਵਿਦਿਆਰਥੀਆਂ ਨੂੰ 2 ਘੰਟੇ ਪੜਾਉਣਾ ਪਵੇਗਾ ਔਰ ਇਸ ਦੇ ਨਾਲ ਹੀ ਜੇਕਰ ਪਹਿਲੀ ਵਾਰ ਤੁਸੀਂ ਤੇਜ਼ ਗੱਡੀ ਚਲਾਉਨੇ ਹੋ ਤਾਂ 1000 ਰੁਪਏ ਦੇ ਜੁਰਮਾਨੇ ਨਾਲ 3 ਮਹੀਨਿਆਂ ਦੇ ਲਈ ਤੁਹਾਡਾ ਡਰਾਈਵਿੰਗ ਲਾਇਸੈਂਸ ਸਸਪੈਂਡ ਜਿਹੜਾ ਹੋਵੇਗਾ ਤਾਂ ਫਿਲਹਾਲ ਇਸ ਵੇਲੇ ਜਿਹੜਾ ਇਹ ਟ੍ਰੈਫਿਕ ਨਿਮਨ ਦੇ ਜਿਹੜੇ ਰੂਲ ਨੇ ਉਹ ਤੁਹਾਨੂੰ ਦੱਸ ਰਿਹਾ ਦੂਸਰੇ ਪਾਸੇ ਨਿਸ਼ਚਿਤ ਸਪੀਡ ਤੋਂ ਤੇਜ਼ ਗੱਡੀ ਚਲਾਨ ਤੇ ਅਥਾਰਟੀ ਵੱਲੋਂ ਜਿਹੜਾ ਤੁਹਾਨੂੰ ਟ੍ਰਾਂਸਪੋਰਟ ਅਥਾਰਟੀ ਦੇ ਵੱਲੋਂ ਤੁਹਾਡਾ ਰਿਫਰੈਸ਼ਰ ਕੋਰਸ ਵੀ ਕਰਾਇਆ ਜਾਏਗਾ ਔਰ ਇਸ ਦੇ ਨਾਲ ਹੀ 3 ਮਹੀਨੇ ਤੁਹਾਡਾ ਲਾਇਸੈਂਸ ਸਪੈਂਡ ਹੋਏਗਾ ਜੇਕਰ ਤੁਸੀਂ ਦੂਜੀ ਵਾਰ ਓਵਰ ਸਪੀਡ ਕੀਤੀ ਜਾਂ ਦੂਜੀ ਵਾਰ ਵੀ ਤਾਂ ਤੁਹਾਨੂੰ ਹੋਰ ਵੱਡਾ ਜਿਹੜਾ ਜੁਰਮਾਨਾ ਹੈ ਉਹ ਭਰਨਾ ਪਏਗਾ ਔਰ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਆ ਕਿ ਤੁਹਾਨੂੰ ਗੱਡੀ ਜੇਕਰ ਨਿਸ਼ਚਿਤ ਸਪੀਡ ਤੋਂ ਤੇਜ਼ ਹੁੰਦੇ ਆ ਤਾਂ ਚਲਾਨ ਹੋਣ ਦੇ ਨਾਲ ਨਾਲ ਤੁਹਾਨੂੰ 2 ਘੰਟੇ ਤੱਕ ਹਸਪਤਾਲ ਜਾ ਕੇ ਮਰੀਜ਼ਾਂ ਦੀ ਸੇਵਾ ਵੀ ਕਰਨੀ ਪੈਗੀ ਔਰ ਇਸ ਦੇ ਨਾਲ ਹੀ ਤੁਹਾਨੂੰ ਬਲੱਡ ਬੈਂਕ ਜਾ ਕੇ ਇੱਕ ਯੂਨਿਟ ਖੂਨ ਵੀ ਦਾਨ ਕਰਨਾ ਪੈਗਾ ਔਰ ਇੱਕ ਦੇ ਨਾਲ ਹੀ ਤੁਹਾਨੂੰ ਜਦੋਂ ਤੁਹਾਡਾ ਸਕੂਲਾਂ ਦੇ ਵਿੱਚ ਲੈਕਚਰ ਪੂਰਾ ਹੋ ਗਿਆ ਜਦੋਂ ਤੁਸੀਂ ਲੈਕਚਰ ਦੇਵੋਗੇ ਸਕੂਲ ਚ ਜਾ ਕੇ ਟ੍ਰੈਫਿਕ ਨਿਮਨ ਦਾ ਪਾਸਪੋਰਟ ਆਓਗੇ ਜਾ ਕੇ ਤਾਂ ਤੁਹਾਡਾ ਲੈਕਚਰ ਪੂਰਾ ਹੋਣ ਤੋਂ ਬਾਅਦ ਤੁਹਾਨੂੰ ਨੋਡਲ ਅਫੀਸਰ ਇੱਕ ਸਰਟੀਫਿਕੇਟ ਵੀ ਜਾਰੀ ਕਰੇਗਾ ਤਾਂ ਰੈੱਡ ਲਾਈਟ ਜੰਪ ਕਰਨ ਤੇ ਦੂਜੀ ਵਾਰ 2000 ਰੁਪਏ ਦਾ ਜੁਰਮਾਨਾ ਤੇ 3 ਮਹੀਨਿਆਂ ਦੇ ਲਈ ਲਾਇਸੈਂਸ ਜਿਹੜਾ ਸਸਪੈਂਡ ਹੋ ਜਾਏਗਾ ਤਾਂ ਫਿਲਹਾਲ ਇਹ ਨਵੇਂ ਨਿਯਮ ਜਿਹੜੇ ਨੇ ਇਸ ਵੇਲੇ ਗ੍ਰਾਫਿਕ ਟ੍ਰੈਫਿਕ ਨਿਯਮ ਜੁੜੇ ਨੇ ਉਹ ਜਾਰੀ ਕੀਤੇ ਗਏ ਨੇ ਟ੍ਰਾਂਸਪੋਰਟ ਵਿਭਾਗ ਦੇ ਵੱਲੋਂ ਜੇਕਰ ਤੁਸੀਂ ਥੋੜੀ ਵੀ ਉਲੰਘਣਾ ਕਰਦੇ ਹੋ ਤਾਂ ਤੁਹਾਨੂੰ ਇਹਨਾਂ ਗੱਲਾਂ ਦਾ ਖਾਸ ਤੌਰ ਤੇ ਜਿਹੜਾ ਇਸ ਵੇਲੇ ਹੈ ਧਿਆਨ ਰੱਖਣਾ ਪੈਣਾ ਹੈ ਤਾਂ ਹਾਲਾਂਕਿ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਇਸ ਵੇਲੇ 2000 ਰੁਪਏ ਜੁਰਮਾਨਾ ਤੇ 3 3 ਮਹੀਨਿਆਂ ਦਾ ਲਾਇਸੈਂਸ ਮੁੱਤਲ ਦੇ ਨਾਲ ਨਾਲ ਇਹ ਜੁਰਮਾਨਾ ਦੋ ਪਈਆ ਵਾਹਨ ਚਾਲਕਾਂ ਤੇ ਲਾਗੂ ਹੋਵੇਗਾ ਇਸ ਤੋਂ ਇਲਾਵਾ ਦੋ ਪਈਆ ਵਾਹਨਾਂ ਤੇ ਵੱਧ ਸਵਾਰੀ ਬਿਠਾਉਣ ਤੇ ਪਹਿਲੀ ਵਾਰ 1000 ਰੁਪਿਆ ਤੇ ਦੂਜੀ ਵਾਰ 2000 ਰੁਪਏ ਦਾ ਜੁਰਮਾਨਾ ਹੋਏਗਾ ਔਰ ਇਸੇ ਦੇ ਨਾਲ ਵਪਾਰਕ ਗੱਡੀਆਂ ਦੇ ਵਿੱਚ ਨਿਰਧਾਰਤ ਭਾਰ ਤੋਂ ਵੱਧ ਭਾਰ ਜਿਹੜਾ ਲੋਡ ਕੀਤਾ ਜਾਂਦਾ ਹੈ ਤਾਂ ਪਹਿਲੀ ਵਾਰ 20000 ਰੁਪਿਆ ਜਾਂ 2000 ਰੁਪਿਆ ਪ੍ਰਤੀ ਟਨ ਤੇ ਦੂਜੀ ਵਾਰ 40000 ਰੁਪਿਆ ਜਾਂ 2000 ਰੁਪਿਆ ਪ੍ਰਤੀ ਕੁਇੰਟਲ ਜੁਰਮਾਨਾ ਜਿਹੜਾ ਤੁਹਾਨੂੰ ਲਗਾਇਆ ਜਾਏਗਾ ਜੇਕਰ ਤੁਸੀਂ ਓਵਰਲੋਡ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਬਹੁਤ ਪੰਜਾਬ ਦੇ ਪਿੰਡਾਂ ਦੇ ਗੱਲਾਂ ਕਰੀਏ ਤਾਂ ਪੰਜਾਬ ਦੀਆਂ ਸ਼ਹਿਰਾਂ ਦੀਆਂ ਸੜਕਾਂ ਤੇ ਸਾਨੂੰ ਵੱਡੇ ਵੱਡੀਆਂ ਓਵਰਲੋਡ ਟਰਾਲੀਆਂ ਮਿਲਣਗੀਆਂ ਜਿਹਦੇ ਟੂੜੀ ਭਰੀ ਹੁੰਦੀ ਆ ਕਈ ਓਵਰਲੋਡ ਟਰਾਲੀਆਂ ਆਉਂਦੀਆਂ ਨੇ ਵੱਡੇ ਵੱਡੇ ਟਰਾਲੇ ਵੀ ਆਉਂਦੇ ਨੇ ਜੇਕਰ ਉਹਨਾਂ ਤੇ ਨਿਰਧਾਰਤ ਭਾਰ ਤੋਂ ਵੱਧ ਭਾਰ ਹੋਇਆ ਤਾਂ 20000 ਤੋਂ ਪਹਿਲਾ ਪਹਿਲੀ ਵਾਰ 20 ਜੇਕਰ ਦੂਜੀ ਵਾਰ ਵੀ ਗਲਤੀ ਦੁਹਾਈ ਤਾਂ 40000 ਰੁਪਏ ਜੁਰਮਾਨਾ ਭਰਨਾ ਪਏਗਾ ਇਹਨਾਂ ਸਾਰੀਆਂ ਹਾਲਾਤਾਂ ਦੇ ਵਿੱਚ ਲਾਇਸੈਂਸ ਵੀ ਮੁਅਤਲ ਕੀਤਾ ਜਾਏਗਾ ਤਾਂ ਟ੍ਰਾਂਸਪੋਰਟ ਵਿਭਾਗ ਨੇ ਕਿਹਾ ਹੈ ਕਿ ਹੁਣ ਪੰਜਾਬ ਦੀਆਂ ਸੜਕਾਂ ਤੇ ਵਾਹਨਾਂ ਦੀ ਗਤੀ ਸੀਮਤ ਕਰਨ ਦੇ ਲਈ ਜੋ ਕੈਮਰੇ ਨੇ ਉਹਨਾਂ ਦੀ ਵਿਵਸਥਾ ਸੀ ਕਰ ਰਹੇ ਆ ਔਰ ਕੈਮਰਿਆਂ ਦੇ ਵਿੱਚ ਤੁਹਾਡੀ ਸਾਰੀ ਜਿਹੜੀ ਹੈ ਕਾਰਸਤਾਨੀ ਫੜੀ ਜਾਏਗੀ ਜੇਕਰ ਤੁਸੀਂ ਸ਼ਰਾਬ ਪੀ ਕੇ ਗੱਡੀ ਚਲਾਈ ਤਾਂ ਬਹੁਤ ਵਾਰ ਹੁੰਦਾ ਹੈ ਅਕਸਰ ਅਜਿਹੀਆਂ ਘਟਨਾਵਾਂ ਸਾਹਮਣੇ ਆndੀਆਂ ਨੇ ਕਿ ਜਦੋਂ ਕਈ ਵਾਰ ਪੰਜਾਬ ਦੇ ਜਾਂ ਇਸ ਦੇਸ਼ ਦੇ ਨਾਗਰਿਕ ਜਿਹੜੇ ਨੇ ਉਹ ਕਈ ਵਾਰ ਸ਼ਰਾਬ ਪੀ ਕੇ ਵੀ ਗੱਡੀ ਚਲਾਉਂਦੇ ਹੋਏ ਨਜ਼ਰ ਆਉਂਦੇ ਨੇ ਤਾਂ ਜਿਹੜੇ ਲੋਕ ਸ਼ਰਾਬ ਪੀ ਕੇ ਗੱਡੀ ਚਲਾਉਣਗੇ ਤਾਂ ਉਹਨਾਂ ਨੂੰ ਹੁਣ 5000 ਰੁਪਏ ਜਰਾ ਜੁਰਮਾਨਾ ਉਹ ਲੱਗੇਗਾ ਤਾਂ 5000 ਰੁਪਏ ਤੁਹਾਨੂੰ ਜੁਰਮਾਨਾ ਭਰਨਾ ਪੈਗਾ ਜੇ ਸ਼ਰਾਬ ਪੀ ਕੇ ਗੱਡੀ ਚਲਾਈ ਔਰ ਇਸ ਦੇ ਨਾਲੇ ਬਹੁਤ ਸਾਰੇ ਆਮ ਤੌਰ ਤੇ ਅਸੀਂ ਲੋਕ ਦੇਖਦੇ ਹਾਂ ਕਿ ਮੋਬਾਈਲ ਫੋਨ ਦੀ ਵਰਤੋਂ ਪੱਕਾ ਹੀ ਕਰਦੇ ਨੇ ਤਾਂ ਪੰਜਾਬੀ ਤਾਂ ਪੱਕਾ ਹੀ ਕਰਦੇ ਨੇ ਇਹ ਬਹੁਤ ਵਾਰੀ ਹੁੰਦਾ ਹੈ ਕਿ ਬਹੁਤ ਲੋਕ ਨੇ ਜੋ ਗੱਡੀ ਚਲਾਉਂਦੇ ਸਮੇਂ ਆਪਣੇ ਮੋਬਾਈਲ ਫੋਨ ਦੀ ਵਰਤੋਂ ਕਰਦੇ ਨੇ ਬਹੁਤ ਵਾਰ ਹੋਇਆ ਕਿ ਮੋਬਾਈਲ ਫੋਨ ਸੁਣਦੇ ਵੀ ਨਹੀਂ ਜਦੋਂ ਕਾਲ ਆਉਂਦੀ ਹੈ ਤਾਂ ਸੁਣਦੇ ਜ਼ਰੂਰ ਹੈ ਫੋਨ ਤਾਂ ਸਿਦ੍ਰਾਂ ਜੇਕਰ ਪੁਲਿਸ ਦੀ ਨਿਗਾਹ 'ਚ ਤੁਸੀਂ ਚੜ ਗਏ ਟ੍ਰੈਫਿਕ ਪੁਲਿਸ ਦੀ ਨਿਗਾਹ 'ਚ ਚੜ ਗਏ ਫੋਨ ਚਲਾ ਰਹੇ ਹੈਗੇ ਹੋ ਤੁਸੀਂ ਮੋਬਾਈਲ ਸੁਣ ਰਹੇ ਹੈਗੇ ਹੋ ਗੱਡੀ ਚਲਾਉਂਦੇ ਸਮੇਂ ਤਾਂ ਤੁਹਾਨੂੰ ਜਿਹੜਾ ਵੱਡਾ ਜੁਰਮਾਨਾ ਭਰਨਾ ਪੈਣਾ ਥੋੜਾ ਬਹੁਤਾ ਨਹੀਂ 5000 ਰੁਪਏ ਜੁਰਮਾਨਾ ਜਿਹੜਾ ਫੋਨ ਸੁਣਨ ਤੇ ਹੋਏਗਾ ਜੇਕਰ ਤੁਸੀਂ ਗੱਡੀ ਚਲਾਉਂਦੇ ਸਮੇਂ ਫੋਨ ਚਲਾਇਆ ਤਾਂ ਤੁਹਾਨੂੰ ਜਿਹੜਾ ਉੱਥੇ ਵੀ ਵੱਡਾ ਜੁਰਮਾਨਾ ਭਰਨਾ ਪੈਣਾ ਹੈ ਔਰ ਇਸੇ ਦੇ ਨਾਲ ਜੇਕਰ ਤੁਸੀਂ ਨਾਲ ਗੱਡੀ ਚਲਾਉਂਦੇ ਸਮੇਂ ਔਰ ਮੋਬਾਈਲ ਸੁਣਦੇ ਸਮੇਂ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਸਮੇਂ ਔਰ ਤੇਜ਼ ਰਫਤਾਰ ਚ ਗੱਡੀ ਚਲਾਈ ਤਾਂ ਵੀ ਤੁਹਾਨੂੰ ਵੱਡਾ ਜੁਰਮਾਨਾ ਪਵੇਗਾ ਔਰ ਖਾਸ ਤੌਰ ਤੇ ਟ੍ਰਾਂਸਪੋਰਟ ਵਿਭਾਗ ਦੇ ਵੱਲੋਂ ਜੋ ਨਿਯਮ ਇਹ ਬਣਾਏ ਗਏ ਨੇ ਤੁਹਾਨੂੰ ਇਸ ਜੁਰਮਾਨੇ ਦੇ ਨਾਲ-ਨਾਲ ਇੱਕ ਕੰਮ ਹੋਰ ਕਰਨ ਦੇ ਲਈ ਕਹਿ ਦਿੱਤਾ ਗਿਆ ਕਿ ਜਿਨ੍ਹਾਂ ਜਿਨ੍ਹਾਂ ਦਾ ਚਲਾਨ ਹੋਏਗਾ ਉਹਨਾਂ ਲੋਕਾਂ ਨੂੰ ਹਸਪਤਾਲ ਭੇਜਿਆ ਜਾਏਗਾ ਕਿ ਹਸਪਤਾਲ ਚ ਜਾ ਕੇ 2 ਘੰਟੇ ਤੱਕ ਤੁਹਾਨੂੰ ਜਿਹੜੀ ਹੈ ਮਰੀਜ਼ਾਂ ਦੀ ਸੇਵਾ ਕਰਨੀ ਪੈਣੀ ਹੈ ਔਰ ਇਸ ਦੇ ਨਾਲ ਤੁਹਾਨੂੰ ਵਿਦਿਆਰਥੀਆਂ ਨੂੰ ਜਾ ਕੇ ਪੜਾਉਣਾ ਪੈਣਾ ਹੈ ਤੇ 20 ਵਿਦਿਆਰਥੀਆਂ ਨੂੰ ਤੁਹਾਨੂੰ ਪੜਾਉਣਾ ਪਵੇਗਾ ਔਰ ਟ੍ਰੈਫਿਕ ਨਿਯਮ ਦਾ ਪਾਠ ਜੁਕਰ ਤੁਸੀਂ ਚਲਾਨ ਕਟਾ ਕੇ ਆਇਓ ਤਾਂ ਤੁਹਾਨੂੰ ਉਹ ਅਹਿਸਾਸ ਵੀ ਹੋਏਗਾ ਤਦ ਤੱਕ ਕਿ ਹੁਣੇ ਮੇਰਾ 5000 ਦਾ ਚਲਾਨ ਕਟਿਆ ਗਿਆ ਤੇ ਮੈਂ ਸਟੂਡੈਂਟਸ ਨੂੰ ਪੜਾਉਣਾ ਹੈ ਤੇ ਇਹ ਦੱਸਣਾ ਕਿ ਭਾਈ ਤੂੰ ਹੀ ਇਹੋ ਜੀ ਗਲਤੀ ਨਾ ਕਰਿਓ ਤਾਂ ਇਸੇ ਦੇ ਲਈ ਟ੍ਰਾਂਸਪੋਰਟ ਜਿਹੜੇ ਟਰਾਂਸਪੋਰਟ ਵਿਭਾਗ ਨੇ ਇਹ ਜਿਹੜਾ ਇਸ ਵੇਲੇ ਫੈਸਲਾ ਲਿਆ ਹੈ ਕਿ ਜਿਹਦਾ ਵੀ ਚਲਾਨ ਕਟਿਆ ਗਿਆ ਤਾਂ ਉਹ ਕੀ ਕਰੇਗਾ ਉਹ ਜਾ ਕੇ ਪੜ੍ਹਾਏਗਾ ਵਿਦਿਆਰਥੀਆਂ ਨੂੰ ਤਾਂ ਸਕੂਲਾਂ ਦੇ ਵਿੱਚ 20 ਵਿਦਿਆਰਥੀ 9ਵੀਂ ਦੇ 10ਵੀਂ ਦੇ 11ਵੀਂ ਦੇ 12ਵੀਂ ਦੇ ਚਾਰ ਜਮਾਤਾਂ ਦੇ 20 ਵਿਦਿਆਰਥੀਆਂ ਨੂੰ ਤੁਹਾਨੂੰ ਪੜ੍ਹਾਉਣਾ ਪਏਗਾ ਔਰ ਇਸ ਦੇ ਨਾਲ ਬਾਅਦ ਤੁਹਾਨੂੰ ਨੋਡਲ ਅਫੀਸਰ ਜਿਹੜਾ ਹੈਗਾ ਉਹ ਸਰਟੀਫਿਕੇਟ ਵੀ ਜਾਰੀ ਕਰੇਗਾ ਔਰ ਇੱਕ ਕਮ ਹੁਰ ਕਰਨਾ ਪੈਣਾ 2 ਘੰਟੇ ਹਸਪਤਾਲਾਂ ਚ ਜਾ ਕੇ ਮਰੀਜ਼ਾਂ ਦੀ ਸੇਵਾ ਵੀ ਕਰਨੀ ਪੈਣੀ ਹੈ ਜੇਕਰ ਤੁਸੀਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਤੀਸਰੇ ਨੰਬਰ ਤੇ ਜੇਕਰ ਗੱਲ ਕਰੀਏ 33 ਜੇ ਨੰਬਰ ਤੇ ਜੇਕਰ ਤੁਸੀਂ ਇਹ ਦੋ ਕੰਮ ਕਰਨ ਦੇ ਨਾਲ-ਨਾਲ ਤੁਹਾਨੂੰ ਸੂਬਾ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਜੇਕਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਕਰੀਬ ਇੱਕ ਯੂਨਿਟ ਖੂਨਦਾਨ ਕਰਨਾ ਪੈਗਾ ਬਲੱਡ ਬੈਂਕ ਚ ਜਾ ਕੇ ਤਾਂ ਬਲੱਡ ਬੈਂਕ ਚ ਜਾਓਗੇ ਉੱਥੇ ਇੱਕ ਯੂਨਿਟ ਜਿਹੜਾ ਤੁਹਾਨੂੰ ਖੂਨਦਾਨ ਹੈ ਉਹ ਵੀ ਕਰਨਾ ਪੈਗਾ ਨਾ ਤਾਂ ਫਿਰ ਹਾਲ ਇਹ ਜਿਹੜੇ ਨਿਯਮ ਨੇ ਇਹ ਲਾਗੂ ਕੀਤੇ ਗਏ ਨੇ ਕਿਉਂਕਿ ਤੁਹਾਡੀ ਜਾਨ ਖਤਰੇ ਵਿੱਚ ਹੁੰਦੀ ਹੈ ਜਦੋਂ ਤੁਸੀਂ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਹੋ ਖੁਦਾ ਨਾ ਖਾਸਾ ਕਦੇ ਹਾਦਸਾ ਵਾਪਰ ਜਾਏ ਆਮ ਤੌਰ ਤੇ ਬਹੁਤ ਹਾਦਸੇ ਹੁੰਦੇ ਵੀ ਨੇ ਤੇ ਇਹਨਾਂ ਹਾਦਸਿਆਂ ਨੂੰ ਰੋਕਣ ਦੇ ਲਈ ਹੁਣ ਟਰਾਂਸਪੋਰਟ ਵਿਭਾਗ ਦੇ ਵੱਲੋਂ ਜਿਹੜੇ ਕਦਮ ਚੁੱਕੇ ਗਏ ਨੇ ਤਾਂ ਉਹਦੇ ਵਿੱਚ ਜੇਕਰ ਤੁਸੀਂ ਜ਼ਰਾ ਜਿੰਨੀ ਵੀ ਗਲਤੀ ਕੀਤੀ ਤਾਂ ਜੁਰਮਾਨਾ ਵੀ ਭਾਰੀ ਕਰਨਾ ਪੈਗਾ ਤੇ ਨਾਲ ਸੇਵਾ ਵੀ ਜਿਹੜੀ ਇਸ ਵੇਲੇ ਕਰ ਨਹੀਂ ਪੈਗੀ ਤਾਂ ਫਿਲਹਾਲ ਇਹ ਟ੍ਰੈਫਿਕ ਨਿਯਮ ਦੇ ਜਿਹੜੇ ਰੂਲ ਨਵੇਂ ਆਗੇ ਨੇ ਜੇਕਰ ਇਹਨਾਂ ਦੀ ਪਾਲਣਾ ਕਰੋਗੇ ਤਾਂ ਟ੍ਰੈਫਿਕ ਦੇ ਵਿੱਚ ਪੁਲਿਸ ਦੇ ਜਿਹੜੇ ਚਲਾਮ ਤੋਂ ਬਚੇ ਰਹੋਗੇ ਨਹੀਂ ਤਾਂ 5000 10000 40000 ਵੱਡੇ ਵਾਹਨਾਂ ਤੇ ਓਵਰਲੋਡ ਜੇਕਰ ਤੁਸੀਂ ਸਮਾਨ ਲੱਦਿਆ ਓਵਰਲੋਡ ਕੀਤਿਆਂ ਤਾਂ 40000 ਤੱਕ ਦਾ ਜੁਰਮਾਨਾ ਵੀ ਹੋਏਗਾ ਔਰ ਸਪੀਡ ਤੁਹਾਡੀ ਤੇਜ਼ ਹੋਈ ਤਾਂ ਲਾਇਸੈਂਸ ਵੀ ਮਤਲ ਹੋ ਸਕਦਾ ਹੈ ਤਾਂ ਫਿਲਹਾਲ ਇਹ ਜਿਹੜੇ ਨਵੇਂ ਨਿਯਮ ਨੇ ਤੁਸੀਂ ਬਚਣਾ ਚਾਹੁੰਦੇ ਹੋ ਤਾਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰੋ ਫਿਲਹਾਲ ਹਰ ਖਬਰ ਲੈ ਕੇ ਤੁਹਾਡੇ ਤੱਕ ਪਹੁੰਚਦੇ ਰਵਾਂਗੇ ਪ੍ਰੋ ਪੰਜਾਬ ਟੀਵੀ ਨਾਲ ਜੁੜੇ ਰਹੋ ਧੰਨਵਾਦ